ਥੋੜੀ ਥੋੜੀ ਆਪ ਉਰਦੂ ਜਾਣਦੇ ਹੋ? ਥੋੜੀ ਥੋੜੀ ਜਾਣਦੇ ਹੋ? ਇਹ ਵੀ ਓਬਰੋ ਡਿਸ਼ ਹੈ ਤਜਾਕਿਸਤਾਨ ਦੀ, ਬੜੀ ਜੀਮੀ ਜੀਮੀ ਬਰਫ ਥੋੜੀ ਥੋੜੀ ਹੈ, ਬਾਕੀ ਤਾਂ ਪਿਘਲ ਗਈ ਪੂਰਾ ਮੁਹੱਬਤ ਭਰਿਆ ਜੀ ਇਹ ਸਾਰੇ ਪਹਾੜ ਨੇ ਯਾਰ। ਬੱਸ 'ਚ ਭੀੜ ਦੇਖੋ ਯਾਰ ਕਿੰਨੀ ਜ਼ਿਆਦਾ ਹੋ ਗਈ। ਸਤਿ ਸ਼੍ਰੀ ਅਕਾਲ, ਇੱਕ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਜਾ ਰਹੇ ਹਾਂ ਇੱਥੋਂ ਦੀ ਰਾਜਧਾਨੀ ਦੁਸ਼ੰਬੇ ਵਿੱਚ, ਤਾਂ ਮੈਂ ਖੜਿਆ ਇੱਥੋਂ ਦੇ ਅਫਤਾ ਬੁਗਦਾਲ ਮਤਲਬ ਬੱਸ ਸਟੈਂਡ 'ਤੇ। ਆਹ ਸਾਰਾ ਬੱਸ ਸਟੈਂਡ ਵੀ, ਇੱਥੋਂ ਟੈਕਸੀਆਂ ਟੁਕਸੀਆਂ ਸਭ ਜਾਂਦੀਆਂ ਨੇ, ਮੇਰੀਆਂ ਟੈਕਸੀਆਂ ਚੱਲਦੀਆਂ ਸ਼ੇਅਰਡ। 200 ਕਿਲੋਮੀਟਰ ਹੈ ਇੱਥੋਂ ਦੁਸ਼ੰਬੇ, ਅਸੀਂ ਟੈਕਸੀ ਲੈ ਕੇ ਪਹਿਲਾਂ ਯਾਰ ਟਿਕਟ ਲੈਣ ਆਏ ਹਾਂ। ਇੱਥੋਂ ਇੱਕ ਬੱਸ ਵੀ ਜਾਂਦੀ ਹੈ, ਸਵੇਰੇ 7 ਵਜੇ ਜਾਂਦੀ ਹੈ, ਉੱਥੇ ਲੱਗਦੇ ਆ 65 ਸੁਮਾਨੀ ਕੋਲ ਕਾ ਆਦਿ ਹਾਂ 120 ਕਹਿ ਰਿਹਾ ਹੁਣ 100 ਕਹਿ ਰਿਹਾ ਦੇਖੋ। ਆਟੋ ਵਾਲਿਆਂ ਦੀ ਗੱਡੀ ਹੈ ਇਹਦੀ ਬਈ, ਕਿਹੜੀ ਹੈ? ਲਿਪਸਮ ਓਕੇ। ਕਾਰ ਯਾਰ ਬਾਹਲੀ ਗੰਦੀ ਸੀ ਹਨਾ, ਭਰੀ ਪਈ ਸੀ ਅੰਦਰ, 2-3 ਹੋਰ ਬੈਠੇ ਸੀ, ਉਰੇ ਬਹੁਤ ਖੜੀਆਂ ਨੇ ਯਾਰ। ਦਿਸ ਇਹ ਵੀ ਟੋਇਟਾ ਬੜੀ ਚੱਲਦੀ ਹੈ। ਬਹੁਤ ਜ਼ਿਆਦਾ ਭਜਾਉਂਦਾ ਵੀ ਇਹ ਗੱਡੀ, ਖਤਰਨਾਕ ਡਰਾਈਵਰ ਹੈ। ਬੱਸ ਸਟੈਂਡ ਵੀ ਮੇਨ ਸਿਟੀ ਤੋਂ 3 ਕਿਲੋਮੀਟਰ ਬਾਹਰ ਹੈ। ਹੁਣ ਅਸੀਂ ਹੋਸਟਲ ਚੱਲੇ ਹਾਂ ਅੱਧਾ ਸਮਾਨ ਚੱਕਣ, ਆਪਣੇ ਕਮਰੇ 'ਚੋਂ ਚੱਕਦੇ ਹਾਂ ਸਮਾਨ ਸਮੂਨ। ਟਰੈਵਲਿੰਗ ਬਹੁਤ ਮਹਿੰਗੀ ਹੈ ਯਾਰ, ਪਹਿਲਾਂ ਹੋਸਟਲ ਅੱਜ ਤੋਂ 3-4 ਸਾਲ ਪਹਿਲਾਂ ਨਾ 400 'ਚ ਮਿਲ ਜਾਂਦਾ ਸੀ, ਹੁਣ ਤੁਹਾਨੂੰ 800 ਤੋਂ ਘੱਟ ਨਹੀਂ ਮਿਲੂਗਾ। 2100 ਰੁਪਏ ਪੇ ਕਰ ਰਹੇ ਹਾਂ ਯਾਰ ਅਸੀਂ, 200 ਕਿਲੋਮੀਟਰ ਦਾ ਸਸਤਾ ਹੋ ਰਿਹਾ ਟਰਾਂਸਪੋਰਟ ਦਾ। ਇਹ ਗੱਡੀ ਦੇ ਡੈਸ਼ਬੋਰਡ 'ਚ ਵੀ ਇਹ ਅਲੱਗ ਚੀਜ਼ ਲੱਗੀ ਮੈਨੂੰ, ਦੇਖੋ ਹੁਣ। ਉਹੀ ਮੇਰੀ ਭੁੱਲਣ ਦੀ ਆਦਤ ਯਾਰ, ਮੈਂ ਮੇਰੀ ਪਾਣੀ ਵਾਲੀ ਬੋਟਲ ਉੱਥੇ ਭੁੱਲਿਆ। ਇੰਨਾ ਸ਼ੁਕਰ ਮੇਰੇ ਯਾਦ ਆ ਗਈ, ਕਿਉਂਕਿ ਮਹਿੰਗੀ ਹੈ ਯਾਰ, 1200 ਦੀ ਸੀ, ਤਾਂ ਇਹਨੂੰ ਮੈਂ ਕਿਹਾ ਮੈਂ ਤੁਹਾਨੂੰ 150 ਰੁਪਇਆ ਦੇ ਦੂੰਗਾ ਯਾਰ, ਮੈਨੂੰ ਲੈ ਜਾ ਉੱਥੇ ਤੱਕ। ਕੈਮਰੀ ਜਾਂਦੀ ਯਾਰ ਸਾਹਮਣੇ ਟੋਇਟ ਵਾਲਿਆਂ ਦੀ, ਕਿੰਨੀ ਘੈਂਟ ਹੈ। ਮੈਂ ਨਾਲੇ ਕਰੋਸ ਚੈੱਕ ਕਰਕੇ ਕੁਛ ਭੁੱਲਿਆ ਤਾਂ ਨਹੀਂ, ਆ ਪਈਏ ਆ ਵੀ ਚੱਕ ਲਾ। ਉਹ ਹੋਰ ਵੀ ਚੀਜ਼ ਭੁੱਲ ਗਿਆ ਸੀ ਮੈਂ, ਓਕੇ ਸਪੈਸਿਵ। ਚੀਜ਼ਾਂ ਭੁੱਲਣ ਦੀ ਆਦਤ ਮੇਰੀ ਗਈ ਨਹੀਂ, ਮੇਰੀ ਮੰਮੀ ਹਰ ਵਾਰ ਫੋਨ ਕਰਕੇ ਕਹਿ ਦਿੰਦੀ ਕੁਛ ਭੁੱਲਿਆ ਤਾਂ ਨਹੀਂ, ਅੱਜ ਭੁੱਲ ਗਿਆ ਸੀ ਮੈਂ 4 ਮਹੀਨਿਆਂ 'ਚ। ਬੱਦਲਬਾਈ ਹੋ ਰਹੀ ਹੈ ਬਾਹਰ ਯਾਰ, ਮੀਂਹ ਵੀ ਪੈ ਰਿਹਾ ਸਵੇਰ ਦਾ ਅੱਜ। ਬਹੁਤ ਜ਼ਿਆਦਾ ਗੱਡੀ ਭਜਾ ਰਹੀ ਹੈ ਵੀ, 150 'ਤੇ ਚੜ੍ਹ ਰਹੀ ਹੈ ਭਾਈ ਸਾਹਿਬ ਨੇ, ਕਮਾਲ ਦੀਆਂ ਡਰਾਈਵਿੰਗ ਸਕਿੱਲਸ ਨੇ। ਸੀਟ ਬੈਲਟ ਲਾਉਣੀ ਜ਼ਰੂਰੀ ਹੈ ਯਾਰ, ਇਹ ਤਾਂ ਡਰਿਆ ਬੈਠਾ ਕਹਿੰਦਾ, ਇੰਨੀ ਤੇਜ਼ ਮੈਂ ਕਦੇ ਗੱਡੀ 'ਚ ਬੈਠਿਆ ਹੀ ਨਹੀਂ। ਆਰ ਯੂ ਸਕੇਅਰਡ? ਰਾਹ ਬੜਾ ਮੁਹੱਬਤ ਭਰਿਆ ਯਾਰ, ਗਰੀਨਰੀ ਬਹੁਤ ਹੈ, ਪਿੰਡ ਬੜੇ ਸੋਹਣੇ ਨੇ ਆਲੇ ਦੁਆਲੇ, ਇਹ ਸਾਰੇ ਪਿੰਡ ਨੇ ਵੀ, ਖੇਤੀ ਖੁਤੀ ਹੋ ਰਹੀ ਹੈ, ਬਹੁਤ ਸੋਹਣਾ ਦੇਸ਼ ਹੈ ਇਹ ਵੀ। ਅਲੱਗ ਹੀ ਲੈਵਲ ਦਾ ਆਨੰਦ ਹੈ ਯਾਰ ਅੱਜ ਦਾ। ਛੋਟਾ ਜਿਹਾ ਕਸਬਾ ਹੈ, ਬਹੁਤ ਹੀ ਜ਼ਿਆਦਾ ਸੋਹਣਾ ਰੋਡ ਹੈ ਵੀ, ਇਹ ਸਫ਼ਰ ਜ਼ਿੰਦਗੀ 'ਚ ਇੱਕ ਵਾਰੀ ਜ਼ਰੂਰ ਕਰੀ। ਟਰੈਕਟਰ ਟੁੱਟਰ ਜਾ ਰਿਹਾ ਦੇਖੋ, ਬੱਦਲ ਜੇ ਕਿੰਨੇ ਸੋਹਣੇ ਲੱਗ ਰਹੇ ਆ, ਵਾਓ ਯਾਰ ਸੋ ਬਿਊਟੀਫੁਲ। ਬਹੁਤ ਹੀ ਜ਼ਿਆਦਾ ਸੀਨਿਕ ਰੂਟ ਹੈ ਵੀ, 1% ਵੀ ਤੁਹਾਡੀਆਂ ਅੱਖਾਂ ਬੰਦ ਨਹੀਂ ਹੋਣਗੀਆਂ। ਪਿੰਡ ਦੇ ਲੋਕ ਵੀ ਸਾਰੇ ਖੇਤੀਬਾੜੀ ਕਰ ਰਹੇ ਆ, ਪਹਾੜ ਨੇ ਦੇਖੋ ਘਰ ਕਿੰਨੇ ਜ਼ਿਆਦਾ ਸੋਹਣੇ। ਵਿਚਾਲੇ ਨਦੀ ਹੈ ਵੀ, ਬਹੁਤ ਵੱਡੀ ਨਦੀ ਹੈ ਵਿਚਾਲੇ, ਅਤੇ ਨਦੀ ਦੇ ਕਿਨਾਰੇ 'ਤੇ ਘਰ ਵਸੇ ਹੋਏ ਨੇ ਸਾਰੇ ਦੇ। ਬਾਈ
18 ਫੁੱਟ ਦੀ ਰੋਡ ਹੀ ਹੈ, ਕੋਈ ਬਹੁਤਾ ਵੱਡਾ ਰੋਡ ਨਹੀਂ ਹੈਗਾ, ਪਰ ਬਹੁਤ ਜ਼ਿਆਦਾ ਨਜ਼ਾਰਿਆਂ ਨਾਲ ਭਰਪੂਰ ਹੈ। ਆਲੇ ਦੁਆਲੇ ਸਾਰੀ ਸਬਜ਼ੀਆਂ ਦੀ ਖੇਤੀ ਹੈ ਬਈ, ਪਹਾੜਾਂ ਦੀ ਖੂਬਸੂਰਤੀ ਤਾਂ ਬਿਆਨ ਕਰਨੀ ਔਖੀ ਹੈ। ਸਾਰੇ ਮੈਦਾਨੀ ਪਹਾੜ ਨੇ ਵੀਰੇ, ਜਿਵੇਂ ਕਸ਼ਮੀਰ 'ਚ ਹੁੰਦੇ ਆ, ਕੈਂਪਿੰਗ ਕੁੰਪਿੰਗ ਕਰ ਸਕਦਾ ਬੰਦਾ। ਦੁਸ਼ੁੰਬੇ ਤੁਸੀਂ ਰੇਲ ਗੱਡੀ 'ਤੇ ਵੀ ਜਾ ਸਕਦੇ ਹੋ ਸਮਰਕੰਡ ਤੋਂ, ਪਰ ਇੱਥੋਂ ਨਹੀਂ ਜਾਂਦੀ ਬਈ ਸਾਰੀ ਨਦੀ। ਪਹਿਲਾਂ ਸੋਚ ਰਿਹਾ ਸੀ ਮੈਂ ਦੁਸ਼ੰਬੇ ਰੇਲ ਗੱਡੀ 'ਤੇ ਜਾਵਾਂ, ਹੁਣ ਮੈਨੂੰ ਪਛਤਾਵਾ ਨਹੀਂ ਕੋਈ, ਇੰਨੀ ਵਧੀਆ ਜਰਨੀ ਮੈਂ ਮਿਸ ਕਰ ਦੇਣੀ ਸੀ। ਜਿਵੇਂ ਅਲਮਾਟੀ ਤੋਂ ਉਜ਼ਬੇਕਿਸਤਾਨ ਆਏ ਸੀ ਨਾ ਟ੍ਰੇਨ 'ਚ, ਉਹ ਰੂਟ ਮੈਨੂੰ ਬਹੁਤ ਸੋਹਣਾ ਲੱਗ ਰਿਹਾ ਸੀ, ਪਰ ਇਹ ਤਾਂ ਉਹ ਤੋਂ ਵੀ ਸਿਰਾ ਹੈ। ਸੋਚਿਆ ਨਹੀਂ ਸੀ ਮੈਂ ਇੰਨਾ ਜ਼ਿਆਦਾ ਸੀਨਿਕ ਇਹ ਰੋਡ ਹੋਊਗਾ, ਜਮਾਂ ਮਹਿਸੂਸ ਨਹੀਂ ਹੋ ਰਿਹਾ ਕਿ ਪਹਾੜਾਂ ਦੇ ਵਿੱਚ ਦੇ ਜਾ ਰਹੇ ਹਾਂ, ਬਿਲਕੁਲ ਸਮੂਥ ਰੋਡ ਹੈ। ਛੋਟਾ ਜਿਹਾ ਸ਼ਹਿਰ ਹੈ, ਨਦੀ ਦੇ ਕੰਢੇ ਵਸਿਆ ਜਾ, ਮੈਂ ਰੋਡ ਵੀ ਨਦੀ ਦੇ ਕੰਢੇ ਹੀ ਜਾ ਰਿਹਾ। ਔਰ ਮੈਥੋਂ ਲੱਦਾਖ ਵਾਲੀ ਫੀਲਿੰਗ ਆ ਰਹੀ ਹੈ ਹੁਣ ਤਾਂ, ਉਵੇਂ ਦੀ ਪਹਾੜ ਨੇ। ਟਨਲ ਆ ਗਈ ਬਈ ਛੋਟੀ ਜੀ, ਜਮਾਂ ਲੱਦਾਖ ਵਾਲਾ ਹੀ ਰੋਡ ਹੈ ਯਾਰ, ਜਮਾਂ ਹੀ ਸੇਮ। ਸਾਢੇ 10 ਵੱਜ ਗਏ ਯਾਰ, ਲਗਭਗ 70 ਕੁ ਕਿਲੋਮੀਟਰ ਆ ਗਏ ਉਰੇ ਰੁਕੇ ਹਾਂ, ਅਤੇ ਬਹੁਤ ਹੀ ਜ਼ਿਆਦਾ ਸੋਹਣਾ ਰੋਡ ਹੈ। ਆਹ ਦੇਖੋ ਪਹਾੜਾਂ ਤੋਂ ਪਾਣੀ ਆ ਰਿਹਾ, ਬੀਅਰਾਂ ਸਾਰਾ ਕੁਛ ਇਹਨਾਂ ਨੇ ਠੰਡੀਆਂ ਲਾ ਰਹੀਆਂ ਨੇ ਉਰੇ, ਕੌਫੀ ਵੀ ਹੈ ਦੇਖੋ ਈਵਨ। ਇਹ ਉਰੇ ਕਾਫੀ ਦੁਕਾਨਾਂ ਦੁਕਾਨਾਂ ਨੇ ਵੀ, ਖਾਣ ਪੀਣ ਨੂੰ ਸਮਾਨ ਸਾਰੀਆਂ ਗੱਡੀਆਂ ਉਰੇ ਖੜਦੀਆਂ ਨੇ। ਆਹ ਡਰਾਈ ਫਰੂਟ ਹੈ ਸਾਰਾ, ਇਹ ਬੜਾ ਸੋਲਟੀ ਹੁੰਦਾ ਯਾਰ, ਮੈਂ ਉਜ਼ਬੇਕਿਸਤਾਨ ਖਾਇਆ ਸੀ ਲਾਸਟ। ਇਹ ਪਹਾੜ ਦੇਖੋ ਇਹ ਕਿਵੇਂ ਦਾ ਯਾਰ, ਕਿੰਨਾ ਜ਼ਿਆਦਾ ਅਲੱਗ ਤਰ੍ਹਾਂ ਦਾ, ਜਿਵੇਂ ਮਿੱਟੀ ਡਿੱਗ ਰਹੀ ਹੋਵੇ ਉੱਤੋਂ ਲੈਂਡ ਸਲਾਈਡ ਹੋਇਆ। ਬਾਈ ਬਹੁਤ ਹੀ ਜ਼ਿਆਦਾ ਸੋਹਣਾ ਵਿਊ ਹੈ, ਬਾਈ ਕਿੰਨਾ ਜ਼ਿਆਦਾ ਸੋਹਣਾ ਵਿਊ ਹੈ। ਅੱਧਾ ਰਸਤਾ ਰਹਿ ਗਿਆ ਬਾਈ, ਇੱਕ 120 ਕਿਲੋਮੀਟਰ ਰਹਿ ਗਿਆ ਤਾਂ ਸ਼ੰਭੇ ਗਾਇਆਂ ਆ ਗਈਆਂ ਵੀ ਅੱਗੇ, ਉਰੇ ਥਾਂ ਥਾਂ ਬੋਰਡ ਵੀ ਲੱਗੇ ਹੁੰਦੇ ਆ ਵੀ ਗਾਇਆਂ ਕਰੋਸਿੰਗ ਵਾਲੀਆਂ। ਉਹ ਪਿੱਛੇ ਪਹਾੜਾਂ ਦੇ ਕਿੰਨੀ ਕਿੰਨੀ ਬਰਫ਼ ਹੈ, ਦੋਰਾ ਇਹ ਦੂਜੇ ਪਾਸੇ ਤੋਂ ਆਉਂਦਾ ਵੀਰਾ, ਦੋਰਾ ਮਿਲਦੇ ਉਰੇ ਆ ਕੇ। ਹੁਣ ਆਪਾਂ ਮੁੜ ਗਏ ਦੁਸ਼ੰਬੇ, ਬਹੁਤ ਜ਼ਿਆਦਾ ਤੇਜ਼ ਚਲਾ ਰਿਹਾ ਵੀ, ਇੱਕ ਕਾਰ ਵਾਲੇ ਨਾਲ ਹੋ ਗਿਆ ਸੀ ਐਕਸੀਡੈਂਟ, ਬਚ ਗਏ ਸੀ, ਓਵਰਟੇਕ ਕਰ ਰਿਹਾ ਸੀ। ਇੱਕ ਤਾਂ ਰੂਟ ਡੇਂਜਰਸ ਹੈ, ਉੱਤੋਂ ਇਹ ਡਰਾਈਵਿੰਗ ਵੀ ਡੇਂਜਰਸ ਹੈ ਜੀ, ਇੰਨੀ ਤੇਜ਼ ਵੀ ਡਰਾਈਵਿੰਗ ਪਹਾੜਾਂ 'ਚ। ਟਰੱਕ ਬੜੇ ਘੰਟੇ ਦੇ ਰੱਖ, ਐਵੇਂ ਲੱਗ ਰਿਹਾ ਜਿਵੇਂ 4-5 ਘੰਟਿਆਂ ਦੇ ਵਿੱਚ ਲੱਦਾਖ ਘੁੰਮ ਲਿਆ ਹੋਵਾਂ, ਸਿਰਫ 800-900 ਰੁਪਇਆ ਖਰਚ ਗਏ ਹੈ ਨਾ ਯਾਰ, ਅਤੇ ਉਹ ਵੀ ਇੰਨਾ ਜ਼ਿਆਦਾ ਘੰਟ ਰੋਡ। ਇਹਨਾਂ ਦਾ ਪਾਮੀਰ ਹਾਈਵੇ ਵੀ ਉਹ ਬਹੁਤ ਜ਼ਿਆਦਾ ਸੀਨਿਕ ਰੋਡ ਹੈ, ਉਹ ਵੀ ਸਾਰੇ ਦੇਸ਼ਾਂ ਦੇ ਟਰੱਕ ਵੀ ਉਹ ਜੋਰਜੀਆ ਤੱਕ ਜਾਂਦੇ ਨੇ, ਰਸ਼ੀਆ ਹੋ ਕੇ ਉਜ਼ਬੇਕਿਸਤਾਨ ਹੋ ਕੇ, ਸਾਰਾ ਟ੍ਰੇਡ ਚੱਲਦਾ ਬਈ ਇਹਨਾਂ ਦਾ।
ਮਾਮਿਆਂ ਨੇ ਰੋਕ ਲਿਆ ਵੀ ਮਸ਼ੀਨ ਜੀ ਲੈ ਰਹੇ ਸੀ, ਮੈਨੂੰ ਲੱਗਦਾ ਜ਼ਿਆਦਾ ਭਜਾ ਰਿਹਾ ਸੀ ਨਾ। ਉਹ ਦੇਖੋ ਪਾਕਿਸਤਾਨ ਵਾਲੇ ਮਾਮੇ ਥਾਂ ਥਾਂ 'ਤੇ ਖੜ੍ਹੇ ਹੁੰਦੇ ਆ ਵੀ। ਇੱਥੇ ਵਿਊ ਦੇਖੋ ਵੀ ਨਦੀ ਦਾ ਕਿੰਨਾ ਜ਼ਿਆਦਾ ਆ, ਪਾਣੀ ਜਾ ਰਿਹਾ। ਆਹ ਦੇਖੋ ਸਾਰੀ ਬਚ ਗਿਆ, ਚਲਾਣ ਚਲੂਣ ਨਹੀਂ ਇਹਦਾ ਕੱਟਿਆ, ਪੈਸੇ ਨਹੀਂ ਲਏ। ਮੈਂ ਸਾਡੇ ਤਾਂ ਹੁਣ ਤੱਕ ਬਣਾ ਲੈਂਦੇ 1000-1500 ਰੁਪਇਆ। ਲਾਲ ਜੇ ਰੰਗ ਦੇ ਪਹਾੜ ਆ ਗਏ ਸਾਰੇ, ਬਹੁਤ ਜ਼ਿਆਦਾ ਕੰਫਰਟੇਬਲ ਸਫ਼ਰ ਹੈ ਵੀ ਹੁਣ ਲਾਲ ਜੇ ਪਹਾੜ ਆ ਗਏ। ਮੈਂ ਥਕਾਵਟ ਦਾ ਜਮਾਂ ਹੀ ਮਹਿਸੂਸ ਨਹੀਂ ਹੋ ਰਹੀ, ਕੱਲ੍ਹ ਤਾਂ ਬਾਹਲਾ ਹੀ ਥੱਕ ਗਏ ਸੀ ਯਾਰ, ਪਾਸੇ ਭੰਨਤੇ ਸੀ ਉਹਨੇ ਤਾਂ। ਇੱਥੇ ਬਹੁਤ ਜ਼ਿਆਦਾ ਫੈਕਟਰੀਆਂ ਨੇ ਵੀ, ਇਹ ਸੋਵੀਅਤ ਟਾਈਮ ਦੀਆਂ ਨੇ ਦੇਖੋ, ਇਹ ਵੀ ਬਹੁਤ ਜ਼ਿਆਦਾ ਪੁਰਾਣੀ ਹੈ, 5-7 ਪਹਿਲਾਂ ਵੀ ਲੰਘ ਗਿਆ ਉਹ ਟਾਈਮ ਦੀ। ਦੇਖੋ ਕਿੱਥੇ ਫੈਕਟਰੀ ਲਾਈ ਇਹਨਾਂ ਨੇ। ਆਹ ਦੇਖੋ ਯਾਰ ਕਿੰਨਾ ਸੋਹਣਾ ਵਿਊ ਹੈ, ਮੈਨੂੰ ਤਾਂ ਇਹ ਮਹਿਸੂਸ ਹੋ ਰਿਹਾ ਜੇ ਮੈਂ ਲੱਦਾਖ ਦੇ ਪਹਾੜਾਂ 'ਚ ਫਿਰਦਾ ਮੈਂ, ਉਹ ਮੇਰਾ ਹੀ ਬਸ ਭਵਿੰਨਤਾ ਹੈ। ਦੇਖੋ ਲਾਲ ਜੇ ਆ ਗਏ ਕਦੇ, ਆਹ ਦੇਖੋ 2-3 ਰੰਗਾਂ ਦੇ ਪਹਾੜ ਇੱਕੋ, ਇਹ ਤਾਂ ਜਮਾਂ ਹੀ ਜਿਵੇਂ ਰੰਗ ਚਾੜਿਆ ਹੋਵੇ ਪਹਾੜ ਨੂੰ, ਹੈ ਨਾ ਜਿਵੇਂ ਚੁੰਨੀਆਂ ਰੰਗ ਦਿੰਦੇ ਆਪਾਂ, ਉਵੇਂ ਦਾ ਲੱਗ ਰਿਹਾ। ਬਿਊਟੀ ਤਾਂ ਹੋ ਰਹੀ ਹੈ ਵੀ, ਜ਼ਬਰਦਸਤ ਬਿਊਟੀ, ਮਾਈਨਿੰਗ ਹੋ ਰਹੀ ਹੈ ਵੀ ਪਹਾੜ 'ਤੇ, ਇਹ ਕੁਦਰਤੀ ਸਰੋਤਾਂ ਨਾਲ ਰਿਚ ਹੈ। ਦੇਖੋ ਕੋਲਾ 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 ਨਿਕਲਦਾ, ਮੈਨੂੰ ਲੱਗਦਾ ਖਾਨਾ ਨੇ ਉਰੇ, ਉਹ ਪਿੱਛੇ ਪਹਾੜ ਦੇ ਬਰਫ਼ ਦੇਖੋ, ਉਹ ਦੇਖੋ ਸਾਹਮਣੇ ਵਾਟਰਫਾਲ ਦੀ ਅਲੱਗ ਹੀ ਫੀਲਿੰਗ ਹੈ ਰੇ ਰੋਡ 'ਤੇ ਤਾਂ। ਰੋਮਾਂਟਿਕ ਸਫ਼ਰ ਹੈ ਇਹਦਾ ਪੂਰਾ ਯਾਰ, ਰੋਮਾਂਚ ਹੋਇਆ ਪਿਆ ਪਹਾੜਾਂ ਨਾਲ ਅੱਜ। ਨਦੀ ਦੇਖੋ ਬੰਗ ਪਲੇਨ ਦੇ ਖਾਂਦੀ ਜਾ ਰਹੀ ਹੈ ਬਈ, ਬਹੁਤ ਪੁਰਾਣੇ ਪਿੰਡ ਦੇਖਣ ਨੂੰ ਮੇਰੇ ਪੁਲ 'ਚ ਦੇਖੋ, ਆਹ ਲੋਕ ਕਿੰਨਾ ਪੁਰਾਣਾ ਪੁਲ ਹੈ ਬਈ, ਇਹ ਥੋੜ੍ਹੀ ਥੋੜ੍ਹੀ ਬਸ ਵਾਲੇ ਪਿੰਡਾਂ ਦੇ, ਕੋਈ ਹਾਈ ਐਲਟੀਟਿਊਡ ਵਾਲਾ ਪਾਸ ਨਹੀਂ ਆਇਆ ਜੇ ਯਾਰ। ਇਹ ਪਹਾੜ ਦੇਖੋ ਇਹਨਾਂ ਦੀ ਬਣਤਰ, ਪੀਸੀ ਵਾਲੇ ਪਹਾੜਾਂ 'ਤੇ ਬਰਫ਼ ਪਈ ਹੋਈ ਹੈ, ਹੇਠਾਂ ਕਿਵੇਂ ਦੇ ਪਹਾੜ ਨੇ, ਕਿੰਨੇ ਰੰਗਾਂ ਦੇ ਪਹਾੜ ਨੇ। ਮਾਈਨਿੰਗ ਚੱਲ ਰਹੀ ਹੈ ਵੀ ਪਹਾੜਾਂ 'ਚੋਂ, ਕੋਲਾ ਕੱਢਦੇ ਪਤਾ ਨਹੀਂ ਕੀ ਕੱਢਦੇ ਯਾਰ, ਬਹੁਤ ਜ਼ਿਆਦਾ ਮਾਈਨਿੰਗ ਹੈ ਏਰੀਏ 'ਚ ਵੀ। ਸੋਚਿਆ ਸੀ ਵੀ ਚਲੋ ਆਪਾਂ ਸੌਂ ਸੂ ਕੇ ਬਚ ਜਾਵਾਂਗੇ, ਮੈਂ ਸੁੱਤਾ ਨਹੀਂ ਰਾਤ 4 ਘੰਟੇ ਸੁੱਤਾ। ਓ ਬਾਈ ਇੱਥੋਂ ਹੈ ਅਸਲ ਰੋਡ ਸਟਾਰਟ ਦਾ, ਜਮਾਂ ਉੱਪਰ ਚਾੜ ਕੇ ਰੱਖਦਾ ਵੀ ਇਹ ਗੱਡੀ 'ਤੇ, ਦੇਖੋ ਜਮਾਂ ਕਿੰਨਾ ਕੁ ਫਰਕ ਹੈ। ਹੁਣ ਫਿਰ ਠੋਕ ਤਾਂ ਹੁੰਦਾ, ਮੋਟੋ ਵਲੋਗਰ ਨੇ ਵੀ ਸਾਰੇ ਬਾਈਕਰਸ, ਦੇਖੋ ਜਮਾਂ ਉੱਪਰ ਚਾੜ ਕੇ ਰੱਖਦਾ, ਜਮਾਂ ਉੱਪਰ ਚੜ੍ਹਦੀ। ਦੇਖੋ ਇਹ ਰੂਟ 'ਤੇ ਵੀ ਬਹੁਤ ਜ਼ਿਆਦਾ ਰਾਈਡਰ ਫਿਰਨਗੇ ਤੁਹਾਨੂੰ ਸਾਰੇ, ਦੇਖੋ ਲੱਦਾਖ ਵਾਂਗੂ ਬਿਨਾਂ ਲਾਈਟਾਂ ਲਾਈਟਾਂ ਨਾਲ। ਬਰਫ਼ ਥੋੜ੍ਹੀ ਥੋੜ੍ਹੀ ਹੈ, ਬਾਕੀ ਤਾਂ ਪਿਘਲ ਗਈ, ਬਹੁਤ ਜ਼ਿਆਦਾ ਸੋਹਣਾ। ਇੱਕ ਹੋਰ ਟਨਲ ਆ ਗਈ ਬਈ, ਲਾਈਟਾਂ ਤਾਂ ਹੈਗੀਆਂ ਟਨਲ ਅੱਗੇ ਪਰ ਡਿਮ ਨੇ ਬਈ, ਬਹੁਤ ਜ਼ਿਆਦਾ ਪੁਰਾਣੀ ਬਣੀ ਹੋਈ ਹੈ। 10 ਕਿਲੋਮੀਟਰ ਲੰਬੀ ਟਨਲ ਸੀ ਬਈ, ਨੇਰਾ ਹੀ ਹਨੇਰਾ ਤਾਂ, ਕਿਆ ਵਿਊ ਆਇਆ ਯਾਰ, ਜੰਨਤ ਹੀ ਆ। ਭਾਈ ਸਾਹਿਬ ਤੋਂ ਗੱਡੀ ਰਕਵਾਈ ਯਾਰ, ਕਿਆ ਜ਼ਬਰਦਸਤ ਵਿਊ ਹੈ, ਮਤਲਬ ਪੂਰਾ ਮੁਹੱਬਤ ਭਰਿਆ ਇਹ ਸਾਰੇ ਪਹਾੜ ਨੇ ਯਾਰ, ਕਿਆ ਲੱਦਾਖ ਹੀ ਯਾਰ, ਸੇਮ ਹੀ ਫੀਲਿੰਗ ਹੈ ਬਸ, ਉਰੇ ਹਰਿਆਲੀ ਹੈ। ਲੱਦਾਖ 'ਚ ਸੁੱਕਾ ਪਣ ਹੁੰਦਾ ਨਾ, ਬਰਫ਼ ਬੁਰਫ਼, ਦੇਖੋ ਯਾਰ
ਉਹ ਸਾਰੀ ਬਰਫ਼ ਵੀ ਪਿਘਲ ਰਹੀ ਆ ਉੱਥੋਂ, ਸਾਰੀਆਂ ਨਦੀਆਂ ਚੱਲ ਰਹੀਆਂ ਨੇ। ਦਿਲ ਤਾਂ ਕਰਦਾ ਸੀ ਉਰੇ ਹੋਰ ਰੁਕ ਜਾਈਏ ਹੈ ਨਾ 20-25 ਮਿੰਟ, ਪਰ ਜਿਹੜੀ ਇਹ ਟੈਕਸੀ ਹੈ ਨਾ ਇਹ ਸਾਡੀ ਪ੍ਰਾਈਵੇਟ ਨਹੀਂ ਹੈਗੀ ਯਾਰ, ਸ਼ੇਅਰਡ ਹੈ, ਬਹੁਤ ਸਵਾਦ ਆਉਂਦਾ। ਇੱਧਰ ਦੇਖੋ ਯਾਰ ਬੱਦਲ ਆ ਰਿਹਾ ਪਹਾੜਾਂ ਦੇ ਉੱਪਰ, ਕਿਆ ਬਿਊਟੀ ਹੈ। ਇਹ ਛੋਟੀਆਂ ਛੋਟੀਆਂ ਟਨਲਾਂ ਤਾਂ ਹੀ ਬਣਾਈਆਂ ਨੇ ਵੀ ਇਹ ਸਨੋਅ ਨਾਲ ਸਨੋਅ ਨਾਲ ਇਹ ਬਲੋਕ ਨਾ ਹੋਵੇ ਰੋਡ, ਹੈ ਨਾ। ਮਹਿਬੂਬ ਵਾਂਗੂ ਦਿਲ ਕਰਦਾ ਨਾ ਇਹ ਪਹਾੜ ਨੂੰ ਦੇਖੀ ਜਾਵਾਂ, ਬਸ ਨੀਜ ਲਾ ਕੇ ਹੈ ਨਾ ਅੱਖਾਂ 'ਚ ਹੀ ਭਰ ਲਾਂ, ਜਿਵੇਂ ਮੇਰੀਆਂ ਅੱਖਾਂ ਪਿਆਸੀ ਹੋਣ, ਜਿਵੇਂ ਅੱਜ ਪਾਣੀ ਮਿਲ ਗਿਆ ਹੋਵੇ, ਐਂ ਉਹੀ ਗੱਲਬਾਤ ਹੈ ਬਸ। ਸਾਰੀ ਬਰਫ਼ ਪਿਘਲ ਰਹੀ ਹੈ, ਪਿਘਲ ਕੇ ਨਾ ਹੇਠਾਂ ਤੋਂ ਆਉਂਦਾ ਪਾਣੀ, ਉੱਪਰੋਂ ਪਿਘਲਣੀ ਸ਼ੁਰੂ ਹੁੰਦੀ ਹੈ ਪਹਿਲਾਂ। ਕੋਲੇ ਦੀ ਮਾਈਨਿੰਗ ਬਹੁਤ ਹੈ ਯਾਰ ਉਰੇ, ਕੋਲਾ ਹੀ ਕੋਲਾ। ਇਹ ਚਾਈਨਾ ਨੇ ਬਣਾਈ ਹੈ ਵੀ ਟਨਲ, ਚਾਈਨਾ ਨੇ ਵੀ ਬਹੁਤ ਪੈਸੇ ਇਨਵੈਸਟ ਕੀਤੇ ਹੋਏ ਇਹ ਦੇਸ਼ 'ਚ ਇੰਫਰਾਸਟ੍ਰਕਚਰ ਜਾਂ ਨਾ ਰੋਡਾਂ 'ਚ, ਪੂਰੀ ਦੁਨੀਆ 'ਚ ਆ ਗਏ ਅੱਜ ਤਾਂ ਆਪਾਂ। ਟੋਲ ਪਲਾਜ਼ਾ ਆ ਗਿਆ ਵੀ ਇਹਨਾਂ ਦਾ ਵੀ, ਟੋਲ ਟਾਲ ਲਾਇਆ ਦਾ ਪਰ ਆਟੋਮੇਟਡ ਹੈ, ਦੇਖੋ ਖੁੱਲ ਗਿਆ ਖੁੱਲ ਗਿਆ। ਬਹੁਤ ਜ਼ਿਆਦਾ ਸੋਹਣੀ ਬੈਲੀ ਹੈ ਬਈ, ਚਾਲੀ ਕੁ ਕਿਲੋਮੀਟਰ ਰਹਿ ਗਿਆ ਵੀ ਦਸ਼ੰਬੇ ਦੇ ਰਾਹ 'ਚ, ਲਗਭਗ 4-5 ਵਾਰੀ ਪੁਲਿਸ ਵਾਲਿਆਂ ਨੇ ਰੋਕਿਆ ਬਈ, ਸ਼ਾਇਦ ਵੀ ਸ਼ਾਇਦ ਫੋਰਨਰਸ ਦੇਖ ਕੇ ਰੋਕਦੇ ਨੇ ਪਤਾ ਨਹੀਂ। ਇਹ ਸਾਰੇ ਜ਼ਿਆਦਾਤਰ ਜਿਹੜੇ ਮਿਊਜ਼ਿਕ ਸੁਣਦੇ ਆ ਵੀ ਉਜ਼ਬੇਕੀ ਮਿਊਜ਼ਿਕ ਸੁਣਦੇ ਆ, ਇਹ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਇਹ ਸੈਂਟਰਲ ਏਸ਼ੀਆ 'ਚ। ਆਪਾਂ ਪਹੁੰਚ ਗਏ ਵੀ ਦਸ਼ੰਬੇ, ਅਤੇ ਇਹਨੇ ਆਊਟ ਸਾਈਡ ਹੀ ਤਾਰਤਾ ਲਗਭਗ 10 ਕਿਲੋਮੀਟਰ ਆ ਉਰੇ ਪੰਪ ਜੇ 'ਤੇ। ਪਹਿਲੀ ਵਾਰ ਆਏ ਨਾਲ ਨਾ ਯਾਰ ਇਹ ਧੱਕਾ ਹੀ ਕਰਦੇ ਆ, ਸਿਟੀ ਸੈਂਟਰ ਯਾਰ ਇੱਥੋਂ 8 ਕਿਲੋਮੀਟਰ ਹੈ, ਐਂ ਕਰਦੇ ਆ ਇਹਨਾਂ ਨੂੰ, ਐਂ ਸੀ ਵੀ ਆ ਟਰਮੀਨਲ ਹੈ ਵੀ ਬੱਸ ਸਟੈਂਡ ਹੈ ਨੌਰਥ ਵਾਲਾ, ਮੈਂ ਆਊਟ ਸਾਈਡ ਜਿਵੇਂ ਚਾਈਨਾ 'ਚ ਹੁੰਦੇ ਸੀ, ਇੱਥੋਂ ਕਹਿੰਦਾ 4 ਨੰਬਰ ਬੱਸ ਜਾਂਦੀ, 33 ਨੰਬਰ ਬੱਸ ਟੈਕਸੀ ਲੈ ਲਈ ਯਾਰ, ਬਸ ਬਸ ਇੱਥੋਂ ਬਸ ਯੂ ਵਾਂਟ ਯਾ ਦਿਸ ਬਸ ਵਿਲ ਗੋ ਲੈਟਸ ਗੋ ਸਪੈਸੀ ਬਸ ਦੱਸ ਪਤਾ ਨਹੀਂ ਲੈਟਸ ਗੋ ਆ ਜਾਊਗੀ ਵੀ ਬੱਸ ਇੱਥੋਂ ਸਿੱਧੀ, ਕਾਫੀ ਖੁੱਲੀ ਯਾਰ ਬੱਸ, ਸਪੇਸ ਤਾਂ ਬਹੁਤ ਹੈ ਇੱਥੋਂ। ਕਾਟਬੁਰਕ ਬੱਸ ਬਹੁਤ ਜ਼ਿਆਦਾ ਸੋਹਣੀ ਯਾਰ, ਖੁੱਲੀ ਹੈ ਨਵੀਂ ਜੀ ਬੱਸ ਹੈ। ਸਾਡੇ ਕਿੰਨੇ ਲੱਗੇ ਬਈ? 20 ਰੁਪਏ ਲੱਗੇ ਯਾਰ 8 ਕਿਲੋਮੀਟਰ ਦੇ, ਸਹੀ ਹੈ ਯਾਰ, ਪ੍ਰਾਈਵੇਟ ਟਰਾਂਸਪੋਰਟ ਉਰੇ ਸਸਤੀ ਹੈ, ਸਸਤਾ ਹੀ ਹੈ ਇਹ ਦੇਸ਼, ਕਾਫੀ ਹਰਿਆਲੀ ਹੈ ਵੀ ਇਹ ਸ਼ਹਿਰ 'ਚ ਵੀ। ਬੱਸ 'ਚ ਭੀੜ ਦੇਖੋ ਯਾਰ ਕਿੰਨੀ ਜ਼ਿਆਦਾ ਹੋ ਗਈ। There is a stupid lady behind me, she asked me like, oh, I don't know, she just used verbal language. Let's go. ਲਗਭਗ ਵੀ 20 ਮਿੰਟਾਂ ਬਾਅਦ ਅਸੀਂ ਪਹੁੰਚ ਗਏ ਸੈਂਟਰ 'ਚ। ਇਹਨੂੰ ਇੱਕ ਜਨਾਨੀ ਕਹਿੰਦੀ ਤੂੰ ਮੈਨੂੰ ਸੀਟ ਕਿਉਂ ਨਹੀਂ ਛੱਡ ਰਿਹਾ, ਔਖਾ ਹੋ ਗਿਆ ਵਿਚਾਰਾ। ਇਲੈਕਟ੍ਰਿਕ ਬੱਸ ਹੈ ਵੀ ਇਹ ਸਾਰੀ, ਇਹ ਵੀ ਚਾਈਨਾ ਨੇ ਦਾਨ ਕੀਤੀ ਉਹਨੇ। ਫੁੱਲਾਂ ਦਾ ਕਰੇਜ ਉਰੇ ਵੀ ਕਾਫੀ ਹੈ ਵੀ, ਦੇਖੋ ਪੂਰੇ ਫੁੱਲ ਫੁੱਲ ਦਿੰਦੇ ਆ ਇੱਕ ਦੂਜਿਆਂ ਨੂੰ। ਸ਼ਹਿਰ ਕਾਫੀ ਸੋਹਣਾ ਯਾਰ, ਹਰਿਆਲੀ ਬਹੁਤ ਹੈ ਕਿਉਂਕਿ ਪਹਾੜਾਂ ਦੇ ਵਿੱਚ ਹੈ ਨਾ, ਸਾਰੇ ਤਜਾਕਿਸਤਾਨ ਦੇ ਝੰਡੇ ਲੱਗੇ ਹੋਏ ਆ। ਮੇਗਾਫੋਨ ਯਾਰ ਇਹਨਾਂ ਦੀ ਰਾਜਧਾਨੀ 'ਚ ਵੀ ਨਹੀਂ ਵਧੀਆ ਚੱਲਦਾ ਨੈੱਟ, ਮੈਂ ਮੇਗਾਫੋਨ ਦੀ ਸਿਮ ਤੁਹਾਨੂੰ ਦਈ ਹਾਂ।
ਰਾਜਸਥਾਨ ਨੀਚੇ ਤਾਂ ਪੂਰਾ ਨੈਟਵਰਕ ਹੁੰਦਾ, ਟਾਵਰ ਟੂਵਰ ਪੂਰੇ ਹੁੰਦੇ. ਆਈ ਡੋਂਟ ਨੋ ਯਾਰ, ਇਹਨੇ ਜੈਂਡੈਕਸ ਬੁੱਕ ਕੀਤੀ ਹੈ, ਪਤਾ ਨਹੀਂ ਨਾ ਰੱਬ ਜਾਣੇ. ਐਸ 2 ਕਿਲੋਮੀਟਰ ਹੈ ਯਾਰ ਹੋਸਟਲ ਲਗਭਗ. ਮੈਂ ਤਾਂ ਕਿਹਾ ਸੀ ਤੁਰਕੀ ਜਾਂਦੇ ਹਾਂ, ਐਡਾ ਕੀ ਚੱਕਰ ਨਾਲ ਸ਼ਹਿਰ ਘੁੰਮਣ. ਨਹੀਂ ਹੈ, ਕਹਿੰਦੇ ਚੀਕਾਂ ਨਿਕਲੀਆਂ ਸਾਡੀਆਂ. ਏਅਰ ਇਜ਼ ਨੋ ਜੈਂਡੈਕਸ, ਉਰੇ ਵੀ ਨਹੀਂ ਹੈਗੀ ਵੀ ਜੈਂਡੈਕਸ. ਬੱਸਾਂ ਦੀਆਂ ਹੀ ਚੱਲਦੀਆਂ ਨੇ ਲੋਕਲ. ਉਰੇ ਨਾ ਜ਼ਿਆਦਾ ਗਰਮੀ ਹੈਗੀ ਨਾ ਠੰਡ ਹੈਗੀ, ਠੀਕ ਹੈ ਮੌਸਮ. ਉਹ ਰਾਤ 'ਚ ਤਾਂ ਬਹੁਤ ਜ਼ਿਆਦਾ ਵੀ ਠੰਡ ਸੀ, ਜੈਕਟ ਪਾਣੀ ਪੈਂਦੀ ਸੀ. ਕਾਫੀ ਸੋਹਣੀ ਰਾਤ ਤਾਂ ਨਹੀਂ ਯਾਰ, ਦੇਖੋ ਬਿਲਡਿੰਗਾਂ ਦੇਖੋ ਕਿੰਨੀਆਂ ਘੰਟੇ ਘੰਟੇ. ਫੁੱਲ ਵੀ ਖਿੜੇ ਪਏ ਆ ਪੂਰੇ. ਇਹ ਐਂਬੂਲੈਂਸ ਹੈ ਵੀ ਪੁਰਾਣੇ ਟਾਈਮ ਦੀ ਦਿੱਤੀ, ਦੇਖੋ ਸਾਰੀਆਂ ਖੜੀਆਂ ਨੇ ਲਾਈਨ 'ਚ. ਬਹੁਤ ਘੰਟੇ ਮਾਰਤਾ ਨੇ ਯਾਰ ਉਰੇ, ਸਾਰੀਆਂ ਸੋਹਣੀਆਂ ਸੋਹਣੀਆਂ. ਆਹ ਦੇਖੋ ਆਹ ਫੁੱਲ ਦੇਖੋ ਕਿਆਰੀ 'ਚ ਕਿੰਨੇ ਸੋਹਣੇ ਤਰੀਕੇ ਨਾਲ ਲਾਏ ਹੋਏ, ਨਾਲ ਦੀ ਨਾਲ ਸਫਾਈ ਚੱਲ ਰਹੀ ਹੈ. ਤਾਸ਼ਕੈਂਟ, ਸਮਰਕੈਂਟ, ਉਹ ਸਾਰੇ ਸ਼ਹਿਰਾਂ ਨਾਲ ਅਲੱਗ ਹੀ ਤਰ੍ਹਾਂ ਦਾ ਮਾਹੌਲ ਹੈ ਉਰੇ. ਆਹ ਦੇਖੋ ਇਹਨਾਂ ਦੀ ਟੈਕਸੀ ਦੀ ਆਪਦੀ ਐਪ ਹੈ ਯਾਰ, ਜੈਂਡੈਕਸ ਵਗੈਰਾ ਨਹੀਂ ਚੱਲਦੀ ਕਿਉਂਕਿ. ਆਹ ਦੇਖੋ ਆਹ ਟੈਕਸੀਆਂ 'ਤੇ ਲੋਗੋ ਲੂਗੋ ਲੱਗੇ ਪਏ ਨੇ. ਹੋਸਟਲ ਜਾ ਕੇ ਲੱਭੂਗਾ ਕਿਹੜੀ ਐਪ ਹੈ, ਈਜ਼ੀ ਹੋ ਜੂਗਾ ਫਿਰ ਬਹੁਤ ਕੁਛ. ਪਹੁੰਚ ਗਏ ਆਪਾਂ ਆਪਣੇ ਹੋਸਟਲ, ਇਹਦਾ ਨਾਮ ਹੈ ਵੀ ਯੈਲੋ ਹੋਸਟਲ. ਸਾਰਾ ਇਹਦਾ ਰੰਗ ਰੁੰਗ ਦੇਖੋ, ਥੀਮ ਕਿੰਨਾ ਘੈਂਟ ਹੈ ਯਾਰ. ਹੋਸਟਲ ਬੜਾ ਘੈਂਟ ਹੈ ਯਾਰ, ਦੇਖੋ ਮੈਪ ਮੂਪ ਲੱਗੇ ਪਏ ਆ ਸਾਰੇ, ਹੈ ਨਾ. ਇਹਨਾਂ ਨੇ ਤਲਵਾਰ ਲਾ ਰੱਖੀ ਆਪਦੀ, ਪੂਰੀ ਪੂਰੀ ਦੁਨੀਆ ਦਾ ਮੈਪ ਹੈ. ਉਰੇ ਆਪਾਂ ਟਿੱਕ ਕਰ ਸਕਦੇ ਹਾਂ ਨਾ, ਵੀ ਰਿਸੈਪਸ਼ਨ ਵਾਲੀ ਹੈ. ਕਾਫੀ ਵੱਡਾ ਏਰੀਆ ਹੈ ਬੈਠਣ ਬੁੱਠਣ ਨੂੰ ਸਰ. ਪੌੜੀਆਂ ਦੇਖੋ ਯਾਰ, ਪੂਰੀ ਲਗਜ਼ਰੀ ਫੀਲਿੰਗ ਹੈ ਸ਼ਾਹੀ ਮਹਾਰਾਜਿਆਂ ਵਾਲੀਆਂ ਹੈ. ਇਹਨਾਂ ਨੇ ਕਮਰੇ ਵੰਡੇ ਹੋਏ ਆ ਵੀ ਕੰਟੀਨੈਂਟ ਦੇ, ਏਸ਼ੀਆ ਇਹ ਆਪਣਾ ਹੈ, ਇਹ ਰੂਮ ਹੈ. ਵੀ ਹੋਸਟਲ ਬੜਾ ਘੈਂਟ ਹੈ ਯਾਰ, ਪੜ੍ਹਦੇ ਤਾਂ ਨਹੀਂ ਹੈਗੇ ਪਰ ਇਹ ਮੇਰਾ ਬੈੱਡ ਉੱਪਰ, ਜਿਵੇਂ ਜਵਾਕਾਂ ਦਾ ਹੋਸਟਲ ਹੁੰਦਾ ਨਾ ਸਕੂਲਾਂ 'ਚ, ਉਵੇਂ ਦਾ ਹੀ ਹੈ ਬਸ. ਉੱਪਰ ਚੜ੍ਹਨ ਨੂੰ ਕਾਫੀ ਖੁੱਲ੍ਹਾ ਸਪੇਸ ਹੈ ਪੂਰਾ, ਇਹ ਲਾਈ ਹੋਈ ਹੈ ਇਹਨਾਂ ਨੇ ਚਾਦਰ ਜੀ ਸ਼ਿੰਗਾਰ ਵਾਸਤੇ. ਕੋਚ ਵੀ ਹੈ ਛੋਟਾ ਜਿਹਾ, ਟੇਬਲ ਵੀ ਹੈਗੇ ਨੇ 2 ਯਾਰ. ਇਹਦੇ ਪੇ ਕੀਤੇ ਯਾਰ ਇੱਕ ਦਿਨ ਦੇ 850 ਰੁਪਈਆ. ਇਹ ਸਭ ਤੋਂ ਸਸਤਾ ਹੋਸਟਲ ਹੈ ਵੀ ਅੱਜ ਤੱਕ, ਮੈਨੂੰ 4 ਮਹੀਨੇ ਹੋ ਗਏ. ਆਹ ਦੇਖੋ ਇਹਨਾਂ ਨੇ ਚਾਈਨੀ ਭਾਸ਼ਾ 'ਚ ਲਿਖਿਆ ਹੋਇਆ ਵੀ ਸਮੋਕਿੰਗ ਨਹੀਂ ਕਰਨੀ ਉਰੇ. ਉਰੇ ਚੀਨੀ ਬਹੁਤ ਜ਼ਿਆਦਾ ਆਉਂਦੇ ਆ ਵੀ, ਕਿਉਂਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਉਰੇ ਕੰਮ ਕਾਰ ਕਰਦੇ, ਇਨਵੈਸਟਮੈਂਟ ਬਹੁਤ ਹੈ. ਭੁੱਖ ਲੱਗ ਗਈ ਯਾਰ, ਤਾਂ ਅੱਜ ਕੁਛ ਲੋਕਲ ਤਜਾਕੀ ਫੂਡ ਆਪਾਂ ਟਰਾਈ ਕਰਦੇ ਹਾਂ, ਰੈਸਟੋਰੈਂਟ 'ਚ ਆਏ ਹਾਂ ਲੋਕਲ 'ਚ. ਆਹ ਕੁਛ ਇਹਦਾ ਨਾਮ ਹੈ, ਪਤਾ ਨਹੀਂ ਇਹਨਾਂ ਦੀ ਭਾਸ਼ਾ ਖਿਆਮਪਰਾਮ, ਪਤਾ ਨਹੀਂ ਕੀ ਹੈ. ਬਾਹਰ 'ਚ ਹੀ ਵਾਸ਼ ਬੇਸ਼ਨ ਲੱਗਿਆ ਹੱਥ ਧੋਣ. ਇਹ ਕੁਛ ਐਂਟਰੈਂਸ ਹੈ ਵੀ ਰੈਸਟੋਰੈਂਟ ਦੀ, ਆਹ ਪੜਦੇ ਜੇ ਲਾਏ ਹੋਏ ਯਾਰ, ਜਿਵੇਂ ਹੱਥਿਆਂ 'ਚ ਹੁੰਦੇ. ਉਹ ਇਹਨਾਂ ਦਾ ਟ੍ਰੈਡੀਸ਼ਨਲ ਤਰੀਕਾ ਵੀ ਖਾਣ ਦਾ, ਬੈਠ ਕੇ ਦੇਖੋ ਸਾਰੇ ਖਾ ਪੀ ਰਹੇ ਹੈ, ਟ੍ਰੈਡੀਸ਼ਨਲ ਤਰੀਕੇ 'ਚ ਬਹਿ ਕੇ ਖਾ ਰਹੇ ਯਾਰ. ਅੱਜ ਆਪਾਂ ਫੂਡ ਉਜ਼ਬੇਕਿਸਤਾਨ 'ਚ ਵੀ ਐਂ ਖਾਂਦੇ ਆ ਵੈਸੇ ਤਾਂ. ਅਸੀਂ ਨੇ ਪਹਿਲਾਂ 21 ਸਿਰਫ ਪਲਾਫ ਔਡਰ ਕਰਿਆ, ਉਰੇ ਉਹ 'ਚ ਕਹਿੰਦੇ ਆ ਪਲਾਫ ਨੂੰ, ਮੈਂ ਉਜ਼ਬੇਕਿਸਤਾਨ 'ਚ ਪਲਾਫ ਕਹਿੰਦੇ ਆ. ਉਜ਼ਬੇਕਿਸਤਾਨ 'ਚ ਵੀ ਟਮਾਟਰ ਦੇ ਖੀਰਿਆਂ ਦਾ ਸਲਾਦ ਸਰਵ ਕਰਦੇ ਆ, ਵੀ ਕਰਦੇ ਆ ਗਾਜਰ ਦਾ ਅਤੇ ਬੰਦ ਗੋਭੀ ਦਾ. ਖਾ ਪੀ ਕੇ ਆ ਗਿਆ ਸੀ ਯਾਰ, ਸ਼ਾਮ ਦੇ 7:30 ਵੱਜ ਗਏ. ਹੁਣ ਮੈਂ ਇੱਥੇ ਮੇਰੇ ਲੋਕਲ ਦੋਸਤ ਨੂੰ ਮਿਲਣ ਚੱਲਿਆ ਵੀ ਉਹਦੇ ਘਰੇ, ਉਹਨੇ ਮੈਨੂੰ ਬੁਲਾਇਆ ਡਿਨਰ 'ਤੇ. ਅਸੀਂ ਪਿਛਲੇ ਸਾਲ ਮਿਲੇ ਸੀ ਯਾਰ, ਕਾਫੀ ਦਿਨ ਇਕੱਠੇ ਘੁੰਮੇ ਫਿਰੇ ਸੀ. ਸਾਰੀਆਂ ਬਿਲਡਿੰਗਾਂ ਉਰੇ ਨਵੀਆਂ ਬਣੀਆਂ ਨੇ, ਵੀ ਇੱਕੋ ਹੀ ਰੰਗ ਦੀਆਂ ਬਣਾ ਰਿਹਾ ਹੈ. ਮੈਂ ਸੋਚ ਰਿਹਾ ਫੁੱਲ ਫੁੱਲ ਲੈ ਜਾਂ ਉਹਦੇ ਵਾਸਤੇ ਜੇ ਮਿਲਣਗੇ. ਮੀਂਹ ਹਜੇ ਖਾਸਾ ਤਾਂ ਨਹੀਂ ਆਇਆ ਪਰ ਫਲੋਰ ਸਾਰਾ ਵੀ ਵੈੱਟ ਹੋ ਗਿਆ. ਮੈਂ ਫੁੱਲ ਲੱਭ ਰਿਹਾ ਯਾਰ, ਫੁੱਲ ਲੈ ਜਾਵਾਂ ਇੱਕ. ਯਾਰ ਉਰੇ ਉਹ ਜਿਹੜਾ ਟੈਕਸੀ ਦਾ ਸਿਸਟਮ ਹੈ ਨਾ, ਉਰੇ GPS 'ਤੇ ਨਹੀਂ ਚੱਲਦਾ ਇਹ, ਮਤਲਬ ਦੇਸੀ ਹਿਸਾਬ ਇਹਨਾਂ ਨੂੰ ਐਡਰੈਸ ਦੱਸਣਾ ਪੈਂਦਾ, ਉੱਥੇ ਲੈ ਜਾਂਦੇ ਆ. ਸਾਰੀਆਂ ਵੀ ਇਲੈਕਟ੍ਰਿਕ ਨੇ, ਸਾਰੀਆਂ BYD ਦੀਆਂ ਨੇ ਚਾਈਨੀਜ਼. ਪੂਰੀਆਂ ਲਾਈਟਾਂ ਲੁੱਟਾਂ ਲਾ ਰਹੀਆਂ ਯਾਰ ਬਿਲਡਿੰਗਾਂ ਦੇ ਚਾਈਨਾ. ਮੈਨੂੰ ਲੱਗਦਾ ਸੀ ਵੀ ਇਹ ਰਾਤ ਤਾਂ ਨਹੀਂ, ਗਰੀਬ ਜੀ ਹੋਊਗੀ ਹੈ ਨਾ. ਇਹ ਤਾਂ ਤਾਸ਼ਕੈਂਟ ਸਾਰੀਆਂ ਤੋਂ ਉੱਪਰ ਹੀ ਹੈ ਬਈ. ਸਾਰੀਆਂ ਬਿਲਡਿੰਗਾਂ ਵੀ ਰੰਗ ਬਿਰੰਗੀਆਂ ਹੋ ਗਈਆਂ.
ਵੱਡੇ ਵੱਡੇ ਬ੍ਰਾਂਡਾਂ ਦੇ ਸਾਰੇ ਆਊਟਲੈਟ ਨੇ ਵੀਰ, ਬਹੁਤ ਜ਼ਿਆਦਾ ਯਾਰ। ਮੈਂ 600 ਮੀਟਰ ਤੋਂ ਰਿਹਾ, ਮੈਨੂੰ ਫੁੱਲਾਂ ਫੁੱਲਾਂ ਵਾਲਾ ਤਾਂ ਕੋਈ ਮਿਲਿਆ ਨਹੀਂ। ਚਲੋ ਛੱਡੋ ਯਾਰ, ਫੇਰ ਕਦੇ ਸਹੀ। ਆਹ ਇਲੈਕਟ੍ਰਿਕ ਟੈਕਸੀਆਂ ਚੱਲਦੀਆਂ ਨੇ। ਹੈਲੋ ਭਰਾ, ਗੱਡੀ ਜ਼ਬਰਦਸਤ ਹੈ, BYD ਕੰਪਨੀ ਦੀ ਹੈ। ਮੈਂ ਪਹੁੰਚ ਗਿਆ ਸਾਡਾ ਭਾਈ ਸ਼ੋਇਨ, ਇੱਕ ਸਾਲ ਬਾਅਦ ਮਿਲਿਆ ਨੂੰ। ਮੇ ਬੀ ਲਾਈਕ 9 ਮੰਥ, ਵੀ ਆਰ ਮੀਟਿੰਗ ਆਫਟਰ 9 ਮੰਥ। ਯਾ ਯੈਸ, 9 ਮੰਥ, 9 ਮਹੀਨੇ ਬਾਅਦ ਮਿਲਿਆ ਸੀ। ਇਹ ਸ਼ੋਇਨ ਦਾ ਭਾਈ ਹੈ ਬਈ, ਤੇ 3 ਭਾਈ ਨੇ, ਇੱਕ ਅਮਰੀਕਾ ਹੈ, ਤਾਂ ਸਾਰਾ। ਥੈਂਕ ਯੂ ਸੋ ਮਚ, ਰਕਮਤ ਆ, ਰਕਮਤ। ਇਹ ਸ਼ੋਇਨ ਦੀ ਬੇਬੇ ਵੀ ਥੋੜੀ ਥੋੜੀ ਆਪ ਉਰਦੂ ਜਾਣਦੇ ਹੋ? ਥੋੜੀ ਥੋੜੀ ਜਾਣਦੇ ਹੋ। ਆਪਕਾ ਨਾਮ ਕਿਆ ਹੈ? ਮੇਰਾ ਨਾਮ ਸਨਾਵਾਨ। ਸਨਾਵਾਨ, ਮੈਂ ਸ਼ੋਇਨ ਕੀ ਮਾਂ ਹੂੰ, ਮਾਤਾ ਜੀ। ਇਹ ਆਪਕਾ ਪਰਿਵਾਰ ਹੈ? ਬਹੂ ਹੈ, ਬੜੀ ਬਹੂ, ਬੜੀ ਬਹੂ ਹੈ। ਤਾਜਿਕਿਸਤਾਨ ਚ ਬਣਦੀ, ਅਮਰੀਕਾ ਚ ਬਹੁਤ ਜ਼ਿਆਦਾ ਮਸ਼ਹੂਰ ਹੈ, ਜਿਵੇਂ ਕੋਕੋ ਕੋਲਾ ਜਾਂ ਪੈਪਸੀ ਹੈ। ਦੇਖੋ ਇਹ ਪੀਵਾਂਗੇ ਅੱਜ ਆਪਾਂ। ਇਹ ਵੀ ਓਬਰੋ ਡਿਸ਼ ਹੈ ਤਾਜਿਕਿਸਤਾਨ ਦੀ, ਛੋਲੇ ਛਾਲੇ ਸਬਜ਼ੀਆਂ, ਮੀਟ ਪਾਇਆ ਦਾ ਵਿੱਚ, ਆਹ ਨਿਊਡਲ ਨੇ, ਬਹੁਤ ਜ਼ਿਆਦਾ ਟੇਸਟੀ ਹੈ। ਬਹੁਤ ਜ਼ਿਆਦਾ ਘੈਂਟ ਖਾਣਾ ਬਣਾਇਆ ਮਾਤਾ ਨੇ ਯਾਰ। ਲੋ ਬਈ, ਬਹੁਤ ਕੁਛ ਬਣਾਤਾ ਯਾਰ, ਬੀਬੀ ਹੋਰ ਨੇ ਕੇ ਵੀ ਬਣਾਤਾ। ਦੇਖੋ ਆਲੂ ਮੀਟ, ਘਰ ਵਾਲੀ ਫੀਲਿੰਗ ਤਗੜੇ ਲੈਵਲ ਦੀ। ਅੱਜ ਮੇਰਾ ਢਿੱਡ ਭਰ ਗਿਆ ਵੀ ਮੈਂ ਬਹੁਤ ਜ਼ਿਆਦਾ ਕੁਛ ਖਾ ਲਿਆ, ਅਤੇ ਬੇਬੇ ਬਹੁਤ ਜ਼ਿਆਦਾ ਕੰਟਰੀਆਂ ਘੁੰਮੀ ਹੈ। ਸਰਕਾਰੀ ਨੌਕਰੀ ਕਰਦੀ ਸੀ ਵੀ ਇੱਥੋਂ ਦੀ ਮਿਨਿਸਟਰੀ ਵਿੱਚ, ਅਤੇ ਬਾਕੀ ਮੈਂ ਇਹਨਾਂ ਤੋਂ, ਇਹਨਾਂ ਦੇ ਸੁਝਾਅ ਲੈ ਰਿਹਾ ਸੀ। ਮਤਲਬ ਵੀ ਜਦੋਂ ਇਹ ਸਾਰੇ ਦੇਸ਼ਾਂ ਦਾ ਇੱਕ ਗਰੁੱਪ ਹੁੰਦਾ ਸੀ ਵੀ ਉਦੋਂ ਕਿਵੇਂ ਸੀ, ਉਦੋਂ ਕਹਿੰਦੇ ਵੀ ਇਹ ਖਾਣ ਪੀਣ ਦੀ ਕੁਆਲਿਟੀ ਬਹੁਤ ਜ਼ਿਆਦਾ ਹਾਈ ਸੀ, ਲੋਕਾਂ ਦੇ ਜਿਹੜੀ ਸਿਹਤ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਸੀ ਪੜ੍ਹਾਈ ਲਿਖਾਈ 'ਤੇ, ਉਦੋਂ ਕਹਿੰਦੇ ਵਧੀਆ ਸੀ ਸਿਸਟਮ। ਆਹ ਕੌਫੀ ਬਣਾਈ ਹੁਣ ਮੇਰੇ ਵਾਸਤੇ, ਦੇਖੋ ਸਾਰੇ ਡਰਾਈ ਫਰੂਟ, ਇੰਨੇ ਸਾਰੇ ਡਰਾਈ ਫਰੂਟ, ਕਿੰਨਾ ਕੁਛ ਲਿਆ ਕੇ ਰੱਖਦਾ। ਕੌਫੀ ਵਾਲਾ ਕੱਪ ਦੇਖੋ ਕਿੰਨਾ ਘੈਂਟ। ਕਹਿੰਦੇ ਵੀ ਤੁਸੀਂ ਦੋਨੇ ਭਾਈ ਭਾਈ ਹੋ, ਤੁਹਾਡਾ ਰੰਗ ਇੱਕੋ ਨਾਲ ਹੈ। ਬਰਾਤ ਬਰਾਤ ਬਾਏ, ਗੁੱਡ ਬਾਏ, ਆਈ ਆਈ। ਅੱਛਾ ਲੱਗਾ ਆਪਸੇ ਮਿਲ ਕੇ। ਪੱਕਾ ਪੱਕਾ ਸਰ, ਪੱਕਾ ਪੱਕਾ। Вот я этого тоже не знал, уже заехал, уже все, уже. ਲੋ ਵੀ ਇੱਥੋਂ ਦੀ ਬਾਹਰ 'ਚ ਆ ਗਏ। ਇਹ ਸ਼ੋਇਨ ਦੀ ਸਭ ਤੋਂ ਫੇਵਰੇਟ ਬਾਰ ਹੈ ਵੀ, ਕਰੋਕੇ ਕਲੱਬ ਹੈ ਕਹਿੰਦਾ। ਉਹ ਬਾਈ ਕਿੰਨੀ ਜ਼ਿਆਦਾ ਘੈਂਟ ਹੈ। ਰਾਤ ਦਾ 1:30 ਗਿਆ, ਮੈਂ ਹੁਣ ਆਇਆ ਵੀ, ਹੋਸਟਲ ਜਮ੍ਹਾਂ ਹੀ ਬੰਦ ਹੋ ਗਿਆ ਸੀ। ਕਾਫੀ ਗੱਲਾਂ ਬਾਤਾਂ ਕੀਤੀਆਂ ਉੱਥੇ ਅਸੀਂ ਬਹਿ ਕੇ, ਹੈ ਨਾ, ਡੰਗਾਈ 'ਚ ਗੱਲਾਂ ਬਾਤਾਂ ਕੀਤੀਆਂ, ਤੁਹਾਨੂੰ ਕੱਲ੍ਹ ਨੂੰ ਦੱਸੂੰਗਾ। ਤਾਂ ਇਹ ਵਲੌਗ ਇੱਥੇ ਤੱਕ ਸੀ, ਜੇ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਸਾਰਾ ਕੁਛ ਕਰਦੀ ਹਾਂ। ਬਾਏ, ਗੁੱਡ ਨਾਈਟ।